ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ ਤੇ ਸਮੁੱਚੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਨੇਤਿਕਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਆਪਾਂ ਅੱਜ ਦੀਆਂ ਅਹਿਮ ਖਬਰਾਂ ਉੱਤੇ ਕਰਾਂਗੇ ਗੱਲਬਾਤ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਸਾਡੇ ਸੀਨੀਅਰ ਤੇ ਪ੍ਰਸਿੱਧ ਪੱਤਰਕਾਰ ਗੁਰਮੀਤ ਪਲਾਹੀ ਜੀ ਦਾ। ਸਤਿ ਸ਼੍ਰੀ ਅਕਾਲ ਪਲਾਹੀ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਮਿਹਰਬਾਨੀ ਨੇਤਿਕਾ, ਬੜਾ ਅੱਛਾ ਲੱਗ ਰਿਹਾ ਪ੍ਰੋਗਰਾਮ। ਪਲਾਹੀ ਜੀ, ਸ਼ੁਰੂ ਕਰਦੇ ਹਾਂ ਪ੍ਰੋਗਰਾਮ। ਪਲਾਹੀ ਜੀ, ਜਾਖੜ, ਪ੍ਰਨੀਤ, ਬਿੱਟੂ, ਔਜਲਾ, ਚੌਧਰੀ, ਬਾਂਸਲ, ਚੱਬੇਵਾਲ ਨੂੰ ਕਾਂਗਰਸ ਟਿਕਟ ਮਿਲ ਗਈ ਹੈ। ਕੈਪਟਨ ਦੇ ਸਮਰਥਨ ਵਾਲੀਆਂ ਸੀਟਾਂ ਤੇ ਫੈਸਲਾ ਲਟਕਿਆ, ਕੀ ਕਹੋਗੇ? ਜਿਵੇਂ ਇੱਕ ਅੰਗਰੇਜ਼ੀ ਦੇ ਵਿੱਚ ਸ਼ਬਦ ਹੈ ਕੱਟ ਟੂ ਸਾਈਜ਼, ਜੀ ਬਿਲਕੁਲ ਇਸੇ ਕਿਸਮ ਦੀ ਗੱਲ ਅਮਰਿੰਦਰ ਸਿੰਘ ਹੋਰਾਂ ਨਾਲ ਇਸ ਵੇਲੇ ਕਾਂਗਰਸ ਦੀ ਹਾਈ ਕਮਾਂਡ ਕਰ ਰਹੀ ਹੈ। ਤੁਸੀਂ ਜਾਣਦੇ ਹੋ ਕਿ ਜਿੱਥੇ ਕਾਂਗਰਸ ਦੀ ਜਿਸ ਵੇਲੇ ਮੋਦੀ ਸਾਹਿਬ ਦੀ ਲਹਿਰ ਸੀ ਤੇ ਕਾਂਗਰਸ ਨੇ, ਪੰਜਾਬ ਕਾਂਗਰਸ ਨੇ ਬੜੀ ਅੱਛੀ ਕਾਰਗੁਜ਼ਾਰੀ ਕੀਤੀ ਸੀ ਔਰ ਵਿਧਾਨ ਸਭਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਹੀ ਇੱਕ ਇਹੋ ਜਿਹੇ ਚਿਹਰੇ ਸਨ ਜਿਨ੍ਹਾਂ ਦੀ ਕਾਰਨ ਇੰਨੀਆਂ ਜ਼ਿਆਦਾ ਸੀਟਾਂ ਕਾਂਗਰਸ ਲੈ ਕੇ ਜਾ ਸਕੀ ਸੀ ਜੀ। ਉਸ ਵੇਲੇ ਹਾਈ ਕਮਾਂਡ ਨੂੰ ਕਦੇ ਕਦਾਈ ਇਵੇਂ ਲੱਗਣ ਲੱਗ ਪੈਂਦਾ ਜਿਸ ਵੇਲੇ ਕੋਈ ਵੀ ਕੱਦਵਾਰ ਨੇਤਾ ਕਾਂਗਰਸ ਦੇ ਵਿੱਚ ਆਉਂਦਾ ਹੈ ਕਿ ਇਹ ਕੱਲ ਨੂੰ ਉੱਪਰਲੀ ਹਾਈ ਕਮਾਂਡ ਨੂੰ ਅੱਖਾਂ ਨਾਲ ਦਿਖਾਉਣ ਲੱਗ ਪਏ। ਇਸੇ ਕਰਕੇ ਕੱਟ ਟੂ ਸਾਈਜ਼ ਵਾਲੀ ਗੱਲ ਜਿਹੜੀ ਹੈ ਉਹ ਪੰਜਾਬ ਵਿੱਚ ਸਮੇਂ ਸਮੇਂ ਤੇ ਕਰਦੇ ਇਹ ਗੱਲ ਹੁੰਦੀ ਰਹੀ। ਕਿਸੇ ਵੇਲੇ ਗੈਲ ਸਿੰਘ ਤੇ ਦਰਬਾਰਾ ਸਿੰਘ ਹੋਰੀ ਆਪਸ ਵਿੱਚ ਲੜਿਆ ਕਰਦੇ ਸਨ, ਹਾਈ ਕਮਾਂਡ ਇੱਕ ਨੂੰ ਉੱਪਰ ਲੈ ਆਉਂਦੀ ਸੀ, ਦੂਜੇ ਨੂੰ ਥੱਲੇ ਲੈ ਆਉਂਦੀ ਸੀ। ਬਿਲਕੁਲ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਹੁਣ ਕਦੇ ਸਿੱਧੂ ਦੀ, ਕਦੇ ਬਾਜਵੇ ਦੀ, ਕਦੇ ਜਾਖੜ ਦੀ, ਕਦੇ ਭੱਠੜ ਦੀ ਗੱਲ ਜਿਹੜੀ ਹੈ ਲਗਾਤਾਰ ਇਹਨਾਂ ਖੇਮਿਆਂ ਦੇ ਵਿੱਚ ਚੱਲਦੀ ਰਹਿੰਦੀ ਹੈ ਜੀ। ਪਰ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਪਿਛਲੀ ਕਾਰਗੁਜ਼ਾਰੀ ਭਾਵੇਂ ਬਹੁਤੀ ਅੱਛੀ ਨਹੀਂ ਪਰ ਫਿਰ ਵੀ ਲੋਕਾਂ ਦੇ ਵਿੱਚ ਇੱਕ ਕਿਸਮ ਦੀ ਗੱਲ ਹੈ ਕਿ ਵਿਰੋਧੀ ਧਿਰ ਦੇ ਵਿੱਚ ਕੋਈ ਇਹੋ ਜਿਹਾ ਨੇਤਾ ਨਹੀਂ ਤੇ ਅਕਾਲੀ ਦਲ ਦੀ ਫੀਲਡ ਦੇ ਵਿੱਚ ਬਹੁਤ ਸਾਰੀ ਬਦਨਾਮੀ ਹੋ ਚੁੱਕੀ ਹੈ। ਇਸ ਕਰਕੇ ਕਾਂਗਰਸ ਜਿਹੜੀ ਹੈ ਆਉਣ ਵਾਲੀਆਂ ਚੋਣਾਂ ਵਿੱਚ ਜੇਤੂ ਹੋਣ ਦੀ ਉਸਦੀ ਸੰਭਾਵਨਾ ਬੜੀ ਵੱਡੀ ਬਣੀ ਹੋਈ ਹੈ ਜੀ। ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਨੇ ਕਿ ਮੇਰੇ ਸਾਰੇ ਦੇ ਸਾਰੇ ਕੈਂਡੀਡੇਟ ਹੋਣ ਔਰ ਸਾਰਿਆਂ ਦੇ ਉੱਤੇ ਮੈਂ ਜਿੱਤ ਹਾਸਲ ਕਰਾਂ। ਪਿਛਲੇ 13 ਸੀਟਾਂ ਨੇ, 13 ਸੀਟਾਂ ਦੇ ਉੱਤੇ ਜਿੰਨੇ ਵੀ ਹੁਣ ਕੈਂਡੀਡੇਟ ਸਾਡੇ ਸਾਹਮਣੇ ਅਨਾਊਂਸ ਕੀਤੇ ਗਏ ਨੇ, ਜਾਖੜ, ਪ੍ਰਨੀਤ ਕੌਰ, ਬਿੱਟੂ, ਔਜਲਾ, ਚੌਧਰੀ, ਬਾਂਸਲ, ਚੱਬੇਵਾਲ ਜੀ, ਇਸ ਤੋਂ ਇਲਾਵਾ ਜਿਹੜੇ ਬਾਕੀ ਸੀਟਾਂ ਨੇ ਉਹਨਾਂ ਦੇ ਉੱਤੇ ਹਾਲੇ ਪੇਜ ਫਸਿਆ ਹੋਇਆ। ਕੋਸ਼ਿਸ਼ ਕਰ ਰਹੇ ਨੇ ਆਪਣੇ ਅਮਰਿੰਦਰ ਸਿੰਘ ਹੁਣੀ ਕੇਵਲ ਸਿੰਘ ਢਿੱਲੋਂ ਨੂੰ ਲੜਾਉਣ ਲਈ, ਫਤਿਹਗੜ੍ਹ ਸਾਹਿਬ ਦੇ ਉੱਤੋਂ ਵੀ ਉਹਨਾਂ ਵੱਲੋਂ ਕੋਈ ਯਤਨ ਹੋ ਰਿਹਾ ਕਿ ਵੱਖਰੀ ਕਿਸਮ ਦਾ ਉਹਨਾਂ ਦਾ ਆਪਣਾ ਹੀ ਬੰਦਾ ਕੋਈ ਟਿਕਟ ਲਿਜਾ ਸਕੇ। ਪਰ ਇਸ ਮਾਮਲੇ ਦੇ ਉੱਤੇ ਹਾਲੇ ਤੱਕ ਸਹੀ ਢੰਗ ਦੇ ਨਾਲ ਹਾਈ ਕਮਾਂਡ ਨੂੰ ਮਨਾਇਆ ਨਹੀਂ ਜਾ ਸਕਿਆ। ਪਰ ਇੱਕ ਗੱਲ ਬੜੀ ਟਕੇ ਸਿਰ ਹੈ, ਉਹ ਕੀ ਆ ਕਿ ਜਿੱਥੇ ਜਿੱਥੇ ਵੀ ਆਸ਼ੀਰਵਾਦ ਕੈਪਟਨ ਅਮਰਿੰਦਰ ਸਿੰਘ ਦਾ ਉਮੀਦਵਾਰਾਂ ਨੂੰ ਹੋਏਗਾ ਉੱਥੇ ਵੱਡੀਆਂ ਜਿੱਤਾਂ ਕਾਂਗਰਸ ਵਾਲੇ ਪ੍ਰਾਪਤ ਕਰ ਸਕਣਗੇ। ਪਰ ਜਿੱਥੇ ਜਿੱਥੇ ਹਾਈ ਕਮਾਂਡ ਆਪਣੀ ਮਰਜ਼ੀ ਦੇ ਨਾਲ ਕਿਸੇ ਕੈਂਡੀਡੇਟ ਨੂੰ ਖੜਿਆ ਕਰੇਗਾ ਉੱਥੇ ਬਹੁਤ ਸਾਰੀ ਵੱਡੀ ਦਿੱਕਤ ਜਿਹੜੀ ਹੈ ਉਹ ਆਉਣ ਵਾਲੀ ਹੈ। ਇਸ ਕਰਕੇ ਕੋਸ਼ਿਸ਼ ਤਾਂ ਅਮਰਿੰਦਰ ਸਿੰਘ ਹੁਣਾਂ ਨੇ ਇਸ ਵਾਰੀ ਹੁਣੇ ਕੀਤੀ ਸੀ ਕਿ ਸਾਰੀਆਂ ਦੀਆਂ ਸਾਰੀਆਂ ਸੀਟਾਂ ਬਾਰੇ ਫੈਸਲਾ ਹੋ ਜਾਏ, ਪਰ ਫਿਰੋਜ਼ਪੁਰ, ਬਠਿੰਡਾ ਦੀ ਸੀਟ ਵੀ ਹਾਲੇ ਇਸ ਕਰਕੇ ਰੱਖੀ ਗਈ ਹੈ ਕਿ ਉੱਥੇ ਅਕਾਲੀ ਜਿਹੜੇ ਨੇ ਉਹ ਆਪਣੀ ਜਿਹੜੀ ਉਹਨਾਂ ਦੀ ਕੋਈ ਤੈਅਸ਼ੁਦਾ ਉਮੀਦਵਾਰ ਨੇ ਉਹਨਾਂ ਨੂੰ ਸਾਹਮਣੇ ਆਉਣ ਦੀ ਗੱਲ ਹੋ ਜਾਏ। ਅੰਮ੍ਰਿਤਸਰ ਬਾਰੇ ਵੀ ਰੇੜਕਾ ਫਸਿਆ ਹੋਇਆ ਸੀ ਪਰ ਅਖੀਰਲੇ ਸਮੇਂ ਤੇ ਔਜਲਾ ਹੁਣਾਂ ਨੂੰ ਇਹ ਟਿਕਟ ਦੇ ਦਿੱਤੀ ਗਈ। ਬਿੱਟੂ ਗੱਲ ਤਾਂ ਬੜੀ ਪਹਿਲਾਂ ਹੀ ਕਲੀਅਰ ਸੀ, ਪ੍ਰਨੀਤ ਕੌਰ, ਜਾਖੜ ਹੁਣਾਂ ਨੂੰ ਟਿਕਟ ਮਿਲਣ ਦੀ ਪਹਿਲਾਂ ਹੀ ਸੰਭਾਵਨਾ ਸੀ। ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਟਿਕਟ ਦੇ ਕੇ ਇੱਕ ਨਵੀਂ ਪਿਰਤ ਪਾਈ ਗਈ ਹੈ ਔਰ ਨੌਜਵਾਨ ਐਸੀ ਨੇਤਾ ਨੂੰ ਸਾਹਮਣੇ ਲਿਆਂਦਾ ਗਿਆ। ਇੱਕ ਗੱਲ ਜਿਹੜੀ ਇਹਦੇ ਵਿੱਚ ਹੋਰ ਦੇਖਣ ਵਾਲੀ ਹੈ ਕਿ ਬਾਂਸਲ ਨੂੰ ਚੰਡੀਗੜ੍ਹ ਤੋਂ ਟਿਕਟ ਦਿੱਤੀ ਗਈ। ਬੀਬੀ ਸਿੱਧੂ ਚਾਹੁੰਦੀ ਸੀ ਕਿ ਮੈਂ ਇਸ ਏਰੀਏ ਦੇ ਵਿੱਚ ਇਸ MP ਸੀਟ ਦੇ ਉੱਤੇ ਲੜਾਂ ਜੀ। ਉਹ ਸੀਟ ਜਿਹੜੀ ਹੈ ਤੁਸੀਂ ਬਾਂਸਲ ਦੇ ਆਉਣ ਦੇ ਨਾਲ ਉਹਨਾਂ ਲਈ ਬਿਲਕੁਲ ਖਾਲੀ ਨਾ ਰਹੀ। ਦੂਸਰੀ ਅੰਮ੍ਰਿਤਸਰ ਦੇ ਉੱਤੋਂ ਉਹਨਾਂ ਦੀ ਚੋਣ ਲੜਨ ਦੀ ਸੰਭਾਵਨਾ ਸੀ, ਉਹ ਵੀ ਸੀਟ ਜਿਹੜੀ ਹੈ ਅਨਾਊਂਸ ਕਰਤੀ ਗਈ। ਇਹ ਲਿਸਟ ਇਹ ਦਰਸਾਉਂਦੀ ਹੈ ਕਿ ਅਸਲ ਮਹਿਨਿਆਂ ਦੇ ਵਿੱਚ ਸਿੱਧੂ ਨੂੰ ਵੀ ਕੋਰਨਰ ਕਰਨ ਦਾ ਯਤਨ ਹੋਇਆ ਹੈ ਜੀ। ਇਹ ਕੋਰਨਰ
ਕਰਨ ਦੇ ਯਤਨ ਦੇ ਵਿੱਚ ਕੀ ਹਾਈ ਕਮਾਂਡ ਵੀ ਸ਼ਾਮਿਲ ਹੈ ਜਾਂ ਨਹੀਂ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ ਜਿਸ ਵੇਲੇ ਸਿੱਧੂ ਜੋੜੀ ਇਸ ਮਾਮਲੇ ਤੇ ਰਿਐਕਟ ਕਰੇਗੀ। ਪਰ ਇਹ ਸਾਰੀਆਂ ਗੱਲਾਂ ਕਿ ਕਿਵੇਂ ਇੱਕ ਨੇਤਾ ਦੂਸਰੇ ਨੇਤਾ ਨੂੰ ਕਿਸ ਢੰਗ ਦੇ ਨਾਲ ਠਿੱਬੀ ਦਿੰਦੇ ਨੇ, ਇਹ ਕਾਂਗਰਸ ਦੀ ਹੁਣ ਤੱਕ ਛਾਇਆ ਹੋਈ ਲਿਸਟ ਤੋਂ ਸਾਫ਼ ਹੁੰਦਾ, ਤੇ ਜਿਹੜੀ ਗੱਲ ਪੈਂਡਿੰਗ ਲੰਬਿਤ ਰੱਖ ਲਈ ਗਈ ਆ ਉਹ ਤੋਂ ਵੀ ਇਹ ਗੱਲ ਸਾਫ਼ ਹੁੰਦੀ ਆ ਕਿ ਹਾਈ ਕਮਾਂਡ ਵੀ ਕੱਟ ਟੂ ਸਾਈਜ਼ ਰੱਖਣਾ ਚਾਹੁੰਦਾ ਅਮਰਿੰਦਰ ਸਿੰਘ ਹੋਰਾਂ ਨੂੰ, ਤਾਂ ਕਿ ਕਿਉਂਕਿ ਇਹ ਬੜੇ ਕਾਂਗਰਸ ਦੇ ਸੀਨੀਅਰ ਨੇਤਾ ਨੇ, ਉੱਪਰ ਵੀ ਜਾ ਸਕਦੇ ਨੇ, ਉੱਪਰ ਜਾ ਕੇ ਗਾਂਧੀ ਪਰਿਵਾਰ ਲਈ ਨਵੇਂ ਸੰਕਟ ਵੀ ਖੜੇ ਕਰ ਸਕਦੇ ਨੇ। ਇਸੇ ਤਰੀਕੇ ਨਾਲ ਇਹ ਵੀ ਗੱਲ ਆਉਂਦੀ ਹੈ ਸਾਹਮਣੇ ਕਿ ਮੋਦੀ ਤੇ ਉਹਦੇ ਜਿਹੜੇ ਸਲਾਹਕਾਰ ਨੇ ਉਹਨਾਂ ਦੇ ਨਾਲ ਵੀ ਕੈਪਟਨ ਸਾਹਿਬ ਦੀਆਂ ਅੰਦਰਗਤ ਦੀ ਕੋਈ ਨਾ ਕੋਈ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਨੇ, ਉਹ ਆਪਣੀਆਂ ਸਮੱਸਿਆਵਾਂ ਦੱਸਣ ਦੇ ਬਹਾਨੇ, ਪੰਜਾਬ ਦੀਆਂ ਸਮੱਸਿਆਵਾਂ, ਪੰਜਾਬ ਦੇ ਮੁੱਦਿਆਂ ਨੂੰ ਡਿਸਕਸ ਕਰਨ ਦੇ ਬਹਾਨੇ ਉੱਪਰਲੀ ਹਾਈ ਕਮਾਂਡ ਨੂੰ ਲਗਾਤਾਰ ਮਿਲਦੇ ਰਹਿੰਦੇ ਨੇ। ਪਿਛਲੇ ਦਿਨ ਰਾਜਨਾਥ ਨੂੰ ਵੀ ਮਿਲੇ ਸੀ। ਬਿਲਕੁਲ ਪਲਾਹੀ ਜੀ, ਕਾਂਗਰਸ ਨੇ ਚੋਣ ਮੈਨੀਫੈਸਟੋ ਚ 5 ਮੁੱਦਿਆਂ ਤੇ ਵਾਅਦੇ ਕੀਤੇ ਨੇ, ਕੀ ਕਾਂਗਰਸ ਇਹਨਾਂ ਤੇ ਖਰੀ ਉਤਰੇਗੀ, ਕੀ ਰਾਹੁਲ ਦਾ ਪੰਜਾ ਕੰਮ ਕਰੇਗਾ? ਦੇਖੋ ਇੱਕ ਗੱਲ ਤਾਂ ਕਾਂਗਰਸ ਨੇ ਬੜੇ ਐਨਰਜੈਟਿਕ ਤੌਰ ਤੇ ਇਸ ਚੋਣ ਨੂੰ ਲੜਨ ਦਾ ਫੈਸਲਾ ਕੀਤਾ, ਪੂਰੀ ਐਨਰਜੀ ਦੇ ਨਾਲ ਦੋਵੇਂ ਭੈਣ ਭਰਾ ਮੈਦਾਨ ਦੇ ਵਿੱਚ ਤਾਂ ਹੈ ਹੀ ਨੇ, ਪਰ ਇਹਨਾਂ ਦੀ ਜਿਹੜੀ ਬਜ਼ੁਰਗਾਂ ਵਾਲੀ ਟੀਮ ਹੈ ਉਸ ਵੱਲੋਂ ਵੀ ਉਹਨਾਂ ਨੂੰ ਆਸ਼ੀਰਵਾਦ ਮਿਲ ਰਿਹਾ। ਮਨਮੋਹਨ ਸਿੰਘ ਹੁਣਾਂ ਨੇ ਆਪਣੇ ਵੱਲੋਂ ਪੂਰਾ ਯਤਨ ਕੀਤਾ ਹੈ ਇਸ ਮੈਨੀਫੈਸਟੋ ਨੂੰ ਥਾਂ ਸਿਰ ਕਰਨ ਦਾ, ਸੋਨੀਆ ਗਾਂਧੀ ਦੀ ਵੀ ਇਸ ਮਾਮਲੇ ਤੇ ਸਲਾਹ ਲਈ ਗਈ ਹੈ। ਪੁਰਾਣੇ ਜਿਹੜੇ ਤੰਤਰ ਕਾਂਗਰਸੀ ਨੇਤਾ ਨੇ ਉਹਨਾਂ ਨੂੰ ਵੀ ਪਿੱਛੇ ਨਹੀਂ ਛੱਡਿਆ ਗਿਆ। ਜਿਸ ਕਿਸਮ ਦਾ ਮੈਨੀਫੈਸਟੋ, ਬੜਾ ਪ੍ਰੋੜ ਕਿਸਮ ਦਾ ਮੈਨੀਫੈਸਟੋ ਇਸ ਵੇਲੇ ਤਿਆਰ ਕੀਤਾ ਗਿਆ, ਇਸ ਗੱਲ ਦੀ ਪਿਛਲੀ ਚੋਣ ਜਿਸ ਵੇਲੇ 2014 ਵਿੱਚ ਲੜੀ ਗਈ ਸੀ ਉਸ ਵੇਲੇ ਇਸ ਗੱਲ ਦੀ ਕਮੀ ਸੀ। ਤੁਸੀਂ ਦੇਖੋ ਵੀ ਖੇਤੀ ਬਹੁਤ ਵੱਡਾ ਸੰਕਟ ਹੈ, ਇਸ ਮਾਮਲੇ ਦੇ ਉੱਤੇ ਕਿਸਾਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇਣ ਦੀ ਗੱਲ ਜਿਹੜੀ ਹੈ ਕੀਤੀ ਗਈ, ਕਰਜ਼ਾ ਮਾਫ਼ ਕਰਨ ਦੀ ਗੱਲ ਜਿਹੜੀ ਹੈ ਕੀਤੀ ਗਈ ਹੈ। ਨੌਕਰੀਆਂ, ਬੇਰੁਜ਼ਗਾਰੀ, ਕਿਉਂਕਿ ਬਹੁਤ ਵੱਡਾ ਮਸਲਾ ਹੈ ਹਿੰਦੁਸਤਾਨ ਦੇ ਵਿੱਚ, ਹਜ਼ਾਰਾਂ ਲੱਖਾਂ ਨਹੀਂ ਕਰੋੜਾਂ ਨੌਜਵਾਨ ਜਿਹੜੇ ਨੇ ਜਾਂ ਨੌਕਰੀਆਂ ਪ੍ਰਾਪਤ ਕਰਨ ਵਾਲੇ ਲੋਕ ਨੇ ਉਹ ਲਾਈਨਾਂ ਵਿੱਚ ਖੜੇ ਨੇ, ਉਹਨਾਂ ਨੂੰ ਨੌਕਰੀਆਂ ਨਹੀਂ। ਇੱਕ ਗੱਲ ਜਿਹੜੀ ਕੀਤੀ ਗਈ ਹੈ ਕਿ ਮੈਂ ਤਾਂ ਭਾਈ 22 ਲੱਖ ਨੌਕਰੀਆਂ ਜਿਹੜੀਆਂ ਸਰਕਾਰੀ ਤੌਰ ਤੇ ਸੈਂਟਰ ਗੌਰਮੈਂਟ ਦੀਆਂ ਖਾਲੀ ਪਈਆਂ ਨੇ, ਮੈਂ ਤਾਂ ਉਹ ਆਉਂਦੇ ਹਾਂ ਸਾਰੋ ਵੀ ਭਰ ਦਿਆਂਗਾ, ਕਿਉਂਕਿ ਨੌਜਵਾਨ ਹੈ, ਐਨਰਜੈਟਿਕ ਹੈ, ਵਾਅਦੇ ਦਾ ਪੱਕਾ ਜਾਪਦਾ ਹੈ ਤੇ ਉਹਦੇ ਮਨ ਦੇ ਵਿੱਚ ਇਹ ਗੱਲ ਹੈ, ਲੋਕਾਂ ਦੇ ਵਿੱਚ ਵਿਚਰ ਲੱਗਿਆ, ਦੇਖਣ ਲੱਗਿਆ ਕਿ ਸੱਚਮੁੱਚ ਬੇਰੁਜ਼ਗਾਰ ਰਹੀ ਨੇ ਸਾਡੇ ਇਸ ਦੇਸ਼ ਦਾ ਪੱਠਾ ਬਿਠਾ ਦਿੱਤਾ, ਤੇ ਸਰਕਾਰੀ ਪੱਧਰ ਤੇ ਅਸੀਂ ਥੋੜੇ ਥੋੜੇ ਟੁੱਕੜ ਦੇ ਕੇ ਲੋਕਾਂ ਨੂੰ ਬਚਾਉਣ ਲਈ ਨੀਲੇ ਕਾਰਡ ਪੀਲੇ ਕਾਰਡ ਲਾ ਕੇ ਉਹਨਾਂ ਨੂੰ ਉਹਨਾਂ ਦਾ ਵਕਤ ਟਪਾ ਸਕਦੇ ਹਾਂ। ਜਾਣੀ ਇੱਕ ਦਿਨ ਆਮ ਤੌਰ ਤੇ ਪੁੱਛੀ ਦਾ ਨਾ ਜੀ ਕੀ ਹਾਲ ਆ, ਬਾਜੀ ਸਮਾਂ ਲੰਘ ਰਿਹਾ, ਵਕਤ ਟੱਪ ਰਿਹਾ। ਅਸਲ ਵਿੱਚ ਵਕਤ ਟਪਾਉਣ ਵਾਲੀ ਗੱਲ ਜਿਹੜੀ ਹੈ ਸਾਡੇ ਸਿਆਸੀ ਨੇਤਾ ਕਰਦੇ ਰਹੇ ਨੇ, ਵਕਤ ਟਪਾਇਆ, ਇੱਕ ਨਵੀਂ ਸਕੀਮ ਦੇ ਦਿੱਤੀ, ਲੋਕਾਂ ਨੂੰ ਪਰਚਾਲਿਆ, ਪਰ ਮੇਨ ਸਮੱਸਿਆ ਜਿਹੜੀ ਹੈ ਉਹ ਸਾਡੇ ਰੁਜ਼ਗਾਰ ਦੀ ਹੈ। ਜੇ ਸਾਡੇ ਕੋਲ ਰੁਜ਼ਗਾਰ ਹੋਏਗਾ ਸਾਡਾ ਪਰਿਵਾਰ ਵਧੇ ਫੁੱਲੇਗਾ, ਜੇ ਸਾਡਾ ਪਰਿਵਾਰ ਵਧੇ ਫੁੱਲੇਗਾ ਤਾਂ ਸਾਡੀ ਜ਼ਿੰਦਗੀ ਸੁਖਾਵੀ ਹੋਏਗੀ, ਤੇ ਜੇ ਜ਼ਿੰਦਗੀ ਸੁਖਾਵੀ ਹੋਏਗੀ ਤੇ ਅਸੀਂ ਸਮਾਜ ਲਈ ਕੁੱਝ ਨਵਾਂ ਵੀ ਦੇ ਸਕਾਂਗੇ। ਸੋ ਇਸ ਮੈਨੀਫੈਸਟੋ ਦੇ ਵਿੱਚ ਗਰੀਬਾਂ ਲਈ ਵੀ ਜਿਹੜੀ ਗੱਲ ਪਿਛਲੇ ਦਿਨਾਂ ਦੇ ਵਿੱਚ ਅਨਾਊਂਸ ਵੀ ਕੀਤਾ ਗਿਆ ਸੀ ਵੀ ਅਸੀਂ 72,000 ਰੁਪਏ ਗਰੀਬਾਂ ਲਈ ਵੀ ਦੇਵਾਂਗੇ, ਇਹ ਵੀ ਉਸ ਦਾ ਇੱਕ ਮੁੱਖ ਮੁੱਦਾ ਹੈ। 5 ਮੁੱਦਿਆਂ ਦੇ ਵਿੱਚ ਇੱਕ ਮੁੱਦਾ ਇਹ ਵੀ ਰੱਖਿਆ, ਭਾਵੇਂ ਕਿ ਲਗਭਗ 62 ਗੱਲਾਂ ਬਾਰੇ 62 ਮਤਲਬ ਗੱਲਾਂ ਨੇ ਜਿਨ੍ਹਾਂ ਦੇ ਬਾਰੇ ਇਸ ਮੈਨੀਫੈਸਟੋ ਦੇ ਵਿੱਚ ਵਰਣਨ ਹੋਇਆ ਹੈ, ਪਰ ਖਾਸ ਤੌਰ ਤੇ ਇੱਕ ਵਰਣਨ ਔਰਤਾਂ ਦੇ ਮਾਮਲੇ ਦੇ ਵਿੱਚ ਵੀ ਕੀਤਾ ਗਿਆ। ਜੀ ਜੀ ਪਲਾਹੀ ਜੀ, ਰਾਮ ਰਹੀਮ ਦਾ ਡੇਰਾ ਸੱਚਾ ਸੌਦਾ, ਰਾਮ ਰਹੀਮ ਦਾ ਡੇਰਾ ਸੱਚਾ ਸੌਦਾ ਕੀ ਫਿਰ ਚੋਣ ਸੌਦਾ ਕਰੇਗਾ? ਦੇਖੋ ਗੱਲ ਇਹ ਆ ਵੀ ਰਾਮ ਰਹੀਮ ਦਾ ਸੱਚਾ ਸੌਦੇ ਦੀਆਂ ਜੜ੍ਹਾਂ ਬੜੀਆਂ ਲੱਗੀਆਂ ਨੇ, ਵੱਖੋ ਵੱਖਰੇ ਥਾਵਾਂ ਦੇ ਉੱਤੇ ਇਹਨਾਂ ਲੋਕਾਂ ਦੇ ਡੇਰੇ ਨੇ, ਵੱਖੋ ਵੱਖਰੇ ਲੋਕਾਂ ਦੇ ਵਿੱਚ ਇਹਨਾਂ ਦਾ ਇੱਕ ਕਿਸਮ ਦਾ ਇਮੇਜ ਬਣ ਚੁੱਕਾ। ਸੱਚੇ ਸੌਦਾ ਦੇ ਪੈਰੋਕਾਰ ਹਾਲੇ ਵੀ ਬਾਬਾ ਨੂੰ, ਬਾਬਾ ਦੀਆਂ ਗਲਤੀਆਂ ਨੂੰ ਪ੍ਰਵਾਨ ਨਹੀਂ ਕਰ ਰਹੇ, ਉਹ ਲਗਾਤਾਰ ਇਹੋ ਹੀ ਕਹਿ ਰਹੇ ਨੇ ਕਿ ਇਹ ਤਾਂ ਰੱਬ ਦੀ ਆਪਣੀ ਕਿਸਮ ਦੀ ਮਿਹਰ ਹੈ, ਬੜਬੜੇ ਜਿਹੜੇ ਸ਼ਖਸੀਅਤਾਂ ਹੋਈਆਂ ਨੇ ਉਹਨਾਂ ਨੂੰ ਵੀ ਕਸ਼ਟ ਝੱਲਣੇ ਪਏ ਨੇ ਤੇ ਬਾਬਾ ਜੀ ਨੂੰ ਵੀ ਇਸ ਕਰਕੇ ਕਸ਼ਟ ਝੱਲਣੇ ਪੈ ਰਹੇ ਨੇ। ਜੀ ਜੀ ਆਵੇਂ ਕਿ ਬਹੁਤ ਸਾਰੀਆਂ ਗੱਲਾਂ ਅੱਜ ਦੇ ਮੀਡੀਆ ਦੇ ਵਿੱਚ ਸਾਡੇ ਸਾਹਮਣੇ ਆਈਆਂ ਨੇ, ਜਿਹਨਾਂ ਜਿਹਨਾਂ ਦੇ ਵਿੱਚ ਬਲਾਤਕਾਰ ਦੇ, ਕਤਲ ਦੇ ਕੇਸ ਜਿਹੜੇ ਨੇ
ਉਹ ਬਾਬੇ ਉੱਤੇ ਪਏ ਹੋਏ ਨੇ, ਪਰ ਬਾਬੇ ਦੀ ਫੌਜ ਹਾਲੇ ਤੱਕ ਵੀ ਜਿੰਦਾ ਹੈ। ਬਾਬੇ ਦੇ ਉਹ ਪੈਰੋਕਾਰ ਹੁਣ ਵੀ ਕੋਸ਼ਿਸ਼ ਕਰਨਗੇ ਕਿ ਕਿਸੇ ਧਿਰ ਦੇ ਨਾਲ ਪਣਵੇਂ ਅੰਦਰੂਨੀ ਤੌਰ ਤੇ ਕਿਸੇ ਧਿਰ ਦੇ ਨਾਲ ਸਮਝੌਤਾ ਕਰਕੇ ਵੋਟਾਂ ਪੁਆਤੀਆਂ ਜਾਣ। ਇੱਕ ਗੱਲ ਤੋਂ ਦੇਖੋ ਇਨਕਾਰ ਨਹੀਂ ਕਰ ਸਕਦੇ, ਸਿੱਟ ਨੇ ਬਾਬਾ ਰਾਮ ਰਹੀਮ ਦੇ ਮਾਮਲੇ ਦੇ ਉੱਤੇ ਉਹਦੇ ਨਾਲ ਗੱਲਬਾਤ ਕਰਨ ਲਈ ਕੋਰਟ ਦੇ ਉੱਤੋਂ ਮਨਜ਼ੂਰੀ ਲਈ। ਸਿੱਟ ਜਿਹੜੀ ਹੈ ਜੇਲ੍ਹ ਦੇ ਵਿੱਚ ਪਹੁੰਚੀ ਜਿੱਥੇ ਬਾਬਾ ਰਾਮ ਰਹੀਮ ਹੈ, ਤੇ ਉੱਥੋਂ ਦੇ ਜਿਹੜਾ ਜੇਲ੍ਹ ਦਾ ਸੁਪਰਡੈਂਟ ਸੀ ਉਸਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਵੀ ਜਦ ਤੱਕ ਤੁਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਇਸ ਗੱਲ ਦੀ ਮਨਜ਼ੂਰੀ ਨਹੀਂ ਇਹਨਾਂ ਨੂੰ ਮਿਲਣ ਦੀ ਲਿਆਉਂਦੇ, ਮੈਂ ਉਸ ਵੇਲੇ ਤੱਕ ਮਨਜ਼ੂਰੀ ਨਹੀਂ ਦੇ ਸਕਦਾ। ਇਸਦਾ ਮਤਲਬ ਤਾਂ ਬੜਾ ਸਾਫ਼ ਸੁਥਰਾ ਹੈ ਕਿ ਉੱਥੋਂ ਦੀ ਸਰਕਾਰ ਤੋਂ ਜਾ ਕੇ ਮਨਜ਼ੂਰੀ ਲੈ ਕੇ ਆਓ। ਮਨਜ਼ੂਰੀ ਉੱਥੇ ਭਾਜਪਾ ਸਰਕਾਰ ਤੋਂ, ਇੱਥੋਂ ਦੀ ਕਾਂਗਰਸ ਸਰਕਾਰ ਹੈ ਉੱਥੇ ਭਾਜਪਾ ਸਰਕਾਰ ਹੈ। ਇਹਦਾ ਮਤਲਬ ਤਾਂ ਸਾਫ਼ ਸੁਥਰਾ ਹੈ ਕਿ ਕਿਤੇ ਨਾ ਕਿਤੇ ਹਾਲੇ ਵੀ ਬਾਬਾ ਰਾਮ ਰਹੀਮ ਦੀਆਂ ਤਣੀਆਂ ਜਿਹੜੀਆਂ ਨੇ ਭਾਜਪਾ ਦੇ ਨਾਲ ਜੁੜੀਆਂ ਹੋਈਆਂ ਦਿਖਾਈ ਦਿੰਦੀਆਂ ਨੇ। ਭਾਜਪਾ ਵਾਲੇ ਇਸ ਗੱਲ ਦਾ ਲਾਹਾ ਲੈਣਾ ਚਾਹੁੰਦੇ ਨੇ ਤੇ ਪੰਜਾਬ ਦੇ ਵਿੱਚ ਸਿੱਟ ਜਿਹੜੀ ਹੈ ਉਹਦੇ ਰਾਮ ਰਹੀਮ ਬਾਬੇ ਦੀਆਂ ਜਿਸ ਵੇਲੇ ਗੱਲਾਂ ਖੁੱਲਦੀਆਂ ਨੇ ਤੇ ਬਾਦਲਾਂ ਨੇ ਉਸਦੇ ਪੇਚੇ ਵਿੱਚ ਆਉਣਾ ਹੈ ਤੇ ਬਾਦਲਾਂ ਨੂੰ ਪੇਚੇ ਵਿੱਚ ਨਾ ਫਸਣ, ਇਸ ਕਰਕੇ ਕੇਂਦਰ ਦੀ ਸਰਕਾਰ ਭਾਜਪਾ ਵਾਲੀ ਤੇ ਹਰਿਆਣੇ ਦੀ ਸਰਕਾਰ ਵੀ ਇਸ ਗੱਲ ਦੇ ਟਿੱਲ ਲਾ ਰਹੀ ਆ। ਉਸ ਗੱਲ ਦਾ ਸਬੂਤ ਸਾਡੇ ਸਾਹਮਣੇ ਹੈ ਕਿ ਕਿਵੇਂ ਉਹਨਾਂ ਨੇ ਸਿੱਟ ਨੂੰ ਮਿਲਣ ਤੋਂ ਇਨਕਾਰ ਮਤਲਬ ਰਿਫਿਊਜ਼ ਕਰ ਦਿੱਤਾ ਕਿ ਉਹ ਇਸ ਵੇਲੇ ਨਹੀਂ ਮਿਲ ਸਕਦੇ। ਹੁਣ ਸਿੱਟ ਜਿਹੜੀ ਹੈ ਉਹਨਾਂ ਦਾ ਬੜਾ ਵੱਡਾ ਜਿਹੜਾ ਆਫਿਸਰ ਹੈ ਉਹ ਉੱਥੇ ਜਿਸ ਵੇਲੇ ਗਿਆ ਤੇ ਉਸਦਾ ਵਾਪਸ ਹੋਣਾ ਵੀ ਬੜੇ ਵੱਡੇ ਸਵਾਲ ਖੜੇ ਕਰਦਾ ਤੇ ਰਾਮ ਰਹੀਮ ਤੋਂ ਜਿਸ ਵੇਲੇ ਕੁਝ ਗੱਲਾਂ ਪੁੱਛੀਆਂ ਜਾਣੀਆਂ ਨੇ ਤੇ ਬਹੁਤ ਸਾਰੇ ਮਸਲੇ ਜਿਹੜੇ ਨੇ ਖਾਸ ਤੌਰ ਤੇ ਬਾਦਲਾਂ ਦੇ ਮਾਮਲੇ ਦੇ ਵਿੱਚ ਉਹ ਸਾਹਮਣੇ ਆਉਣੇ ਨੇ ਤੇ ਇਹਨਾਂ ਮਾਮਲਿਆਂ ਨੂੰ ਲੁਕਾਉਣ ਦੀ ਖਾਤਰ ਜਾਂ ਪੈਂਡਿੰਗ ਕਰਨ ਦੀ ਖਾਤਰ ਜਦੋਂ ਤੱਕ ਇਲੈਕਸ਼ਨਾਂ ਨਹੀਂ ਹੋ ਜਾਂਦੀਆਂ ਉੱਤੇ ਉਸ ਵੇਲੇ ਅੰਦਰੋਂ ਗਤੀ ਗੱਲ ਇਹ ਜਾਪਦੀ ਹੈ ਕਿ ਕੋਈ ਨਾ ਕੋਈ ਕਿਸੇ ਢੰਗ ਦੇ ਨਾਲ ਸਮਝੌਤਾ ਹੋਇਆ ਹੋਏਗਾ। ਔਰ ਨਾਲ ਦੀ ਨਾਲ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਵੋਟਾਂ ਪਾਉਣ ਦੀ ਗੱਲ ਭਾਜਪਾ ਵਾਲਿਆਂ ਨੇ ਰਾਮ ਰਹੀਮ ਸਿੰਘ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਮਾੜੀ ਮੋਟੀ ਕੋਈ ਰਾਇ ਦੇਣ ਦੀ ਗੱਲ ਵੀ ਉਹ ਜ਼ਰੂਰ ਕਰ ਲਈ ਹੋਏਗੀ, ਤਦੇ ਉਹ ਸਿੱਟ ਨੂੰ ਮਿਲਣ ਤੋਂ ਉਹਨਾਂ ਨੇ ਜੇਲ੍ਹ ਸੁਪਰਡੈਂਟ ਨੇ ਇਨਕਾਰ ਕਰ ਦਿੱਤਾ ਕਿ ਇਹ ਬਣਾਇਆ ਨਹੀਂ ਜਾ ਸਕਦਾ। ਲਾਹੇ ਜੀ ਇੱਕ ਗੱਲ ਹੋਰ ਦੱਸੋ ਕਿ ਪੰਜਾਬ ਵਿੱਚ 22 ਲੱਖ ਨੌਜਵਾਨ ਬੇਰੁਜ਼ਗਾਰ ਨੇ, ਪਰ ਬੇਰੁਜ਼ਗਾਰੀ ਦਾ ਚੋਣਾਂ 'ਚ ਮੁੱਦਾ ਨਹੀਂ, ਹਾਲਾਂਕਿ ਕਿਸਾਨਾਂ ਦੀਆਂ ਆਤਮ ਹੱਤਿਆ ਤੇ ਪੰਥਕ ਮੁੱਦਿਆਂ ਉੱਤੇ ਪਾਰਟੀਆਂ ਜ਼ੋਰ ਦੇ ਰਹੀਆਂ ਨੇ, ਕੀ ਕਹਿਣਾ ਚਾਹੋਗੇ? ਦੇਖੋ ਇੱਕ ਗੱਲ ਤਾਂ ਆਪਾਂ ਬਹੁਤ ਸਾਫ਼ ਸੁਥਰੀ ਕਹਿ ਸਕਦੇ ਹਾਂ ਵੀ ਕਾਂਗਰਸ ਵੀ ਸਮਝਦੀ ਸੀ ਕਿ ਬੇਰੁਜ਼ਗਾਰੀ ਦਾ ਬਹੁਤ ਵੱਡਾ ਮਾਮਲਾ ਹੈ ਪੰਜਾਬ ਦੇ ਵਿੱਚ। ਜੀ ਕਾਂਗਰਸ ਦੇ ਮੈਨੀਫੈਸਟੋ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਕਾਂਗਰਸ ਦੇ ਮੁਖੀ ਸਾਡੇ ਕਾਂਗਰਸ ਦੇ ਮੁਖੀ ਜਿਹੜੇ ਹੁਣ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਸੀ ਕਿ ਮੈਂ ਹਰ ਘਰ ਦੇ ਵਿੱਚ ਇੱਕ ਰੁਜ਼ਗਾਰ ਦਿਆਂਗਾ, ਇੱਕ ਨੌਕਰੀ ਦਿਆਂਗਾ। ਇਹ ਨੌਕਰੀ ਦੇਣ ਦਾ ਵਾਅਦਾ ਉਹਨਾਂ ਤੋਂ ਪੁਗਾਇਆ ਨਹੀਂ ਜਾ ਸਕਿਆ, ਉਲਟਾ ਉਹਨਾਂ ਨੇ ਕੀ ਕੀਤਾ, ਜਿਹੜੇ ਨੌਜਵਾਨ ਪਹਿਲਾਂ ਹੀ ਗੈਰ ਸਰਕਾਰੀ ਸੰਸਥਾਵਾਂ ਵਿੱਚ ਨੌਕਰੀਆਂ ਲਈ ਯਤਨ ਕਰਦੇ ਸਨ, ਯੂਨੀਵਰਸਿਟੀਆਂ ਵਿੱਚ ਵੱਖਰੀਆਂ ਵੱਖਰੀਆਂ ਕੰਪਨੀਆਂ ਆਉਂਦੀਆਂ ਸਨ, ਉਹਨਾਂ ਨੂੰ ਹੀ ਨੌਜਵਾਨਾਂ ਲਈ ਰੁਜ਼ਗਾਰ ਮੇਲੇ ਦਾ ਰੂਪ ਦੇ ਦਿੱਤਾ ਗਿਆ। ਇਹ ਰੁਜ਼ਗਾਰ ਮੇਲੇ ਤਾਂ ਪਹਿਲੇ ਹੀ ਲੱਗਦੇ ਸੀ, ਇਹਨਾਂ ਰੁਜ਼ਗਾਰ ਮੇਲਿਆਂ ਵਿੱਚ ਨੌਜਵਾਨਾਂ ਨੂੰ 6,000 ਰੁਪਇਆ, 10,000 ਰੁਪਇਆ, 15,000 ਰੁਪਇਆ ਦੇਣ ਦੀ ਗੱਲ ਵੱਡੇ ਕੁਆਲੀਫਾਈਡ ਨੌਜਵਾਨਾਂ ਨੂੰ ਕੀਤੀ ਜਾ ਰਹੀ ਹੈ। ਇਹ ਤਾਂ ਕਿਸਮ ਦੀ ਲੁੱਟ ਖਸੁੱਟ ਵਾਲੇ ਮੇਲੇ ਸਨ, ਇਹਨਾਂ ਨੂੰ ਅਸੀਂ ਰੁਜ਼ਗਾਰ ਦਾ ਸਹੀ ਢੰਗ ਤਰੀਕਾ ਨਹੀਂ ਕਰ ਸਕਦੇ। ਪੁੱਛ ਤਾਂ ਅਸੀਂ ਇਹ ਸਕਦੇ ਹਾਂ ਵੀ ਜਿੰਨੀਆਂ ਸਰਕਾਰੀ ਨੌਕਰੀਆਂ ਸਨ ਕੀ ਉਹਨਾਂ ਨੂੰ ਭਰਨ ਦਾ ਯਤਨ ਹੋਇਆ, ਜਿੰਨੀਆਂ ਸਰਕਾਰੀ ਨੌਕਰੀਆਂ ਵੱਖੋ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਖਾਲੀ ਨੇ ਕੀ ਉਹਨਾਂ ਨੂੰ ਭਰਨ ਲਈ ਕੋਈ ਐਡਵਰਟਾਈਜ਼ਮੈਂਟ ਦਿੱਤੀ ਗਈ, ਕੀ ਨਵੀਆਂ ਨੌਕਰੀਆਂ ਜਿਹੜੀਆਂ ਨੇ ਪੰਜਾਬ ਦੇ ਵੱਖੋ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਉਹ ਬਣਾਈਆਂ ਗਈਆਂ? ਬਿਲਕੁਲ ਨਹੀਂ, ਕਿਉਂਕਿ ਕਾਂਗਰਸ ਵੱਲੋਂ ਇਹੀ ਲਗਾਤਾਰ ਕਿਹਾ ਜਾਂਦਾ ਰਿਹਾ ਵੀ ਸਾਡਾ ਖਜ਼ਾਨਾ ਖਾਲੀ ਆ, ਭਾਈ ਅਸੀਂ ਨੌਕਰੀਆਂ ਕਿਵੇਂ ਦੇ ਦਈਏ। ਤੁਸੀਂ ਕਿਸੇ ਵੀ ਪੰਜਾਬ ਦੇ ਦਫ਼ਤਰ ਵਿੱਚ ਚਲੇ ਜਾਓ, ਉੱਥੇ ਹਰ ਵੇਰ ਹਰ ਵਿਅਕਤੀ ਜਿਹੜਾ ਇੰਪਲਾਈ ਹੈ ਉਹ ਇਹੀ ਕਹਿੰਦਾ ਵੀ ਬੜਾ ਕੰਮ ਦਾ ਭਾਰ ਆ, ਸਾਡੇ ਕੋਲ 10-10 ਪੋਸਟਾਂ ਨੇ ਪਰ ਕੰਮ ਕਰਨ ਵਾਲੇ ਅਸੀਂ 4 ਬੈਠੇ ਹਾਂ। ਉਸ ਹਾਲ ਦੇ ਵਿੱਚ ਦਫ਼ਤਰਾਂ ਦਾ ਕੰਮ ਵੀ ਸਫ਼ਰ ਹੋ ਰਿਹਾ। ਅਸਲ 'ਚ ਚਾਹੀਦਾ ਤਾਂ ਆਪ ਵਾਲਿਆਂ ਨੂੰ ਵੀ ਸੀ ਔਰ ਪਿਛਲੀ ਜਿਹੜੀ ਅਕਾਲੀ ਭਾਜਪਾ ਵਾਲੀ ਸਰਕਾਰ ਸੀ ਉਹਨਾਂ ਦੇ ਨੁਮਾਇੰਦਿਆਂ ਨੂੰ ਵੀ
ਚਲੋ ਉਹ ਤਾਂ ਨਹੀਂ ਕਰ ਸਕੇ, ਹੁਣ ਇੱਕ ਇਸ ਮੁੱਦੇ ਨੂੰ ਉਭਾਰਿਆ ਜਾਣਾ ਚਾਹੀਦਾ ਸੀ ਚੋਣਾਂ ਵਿੱਚ, ਪਰ ਇਸ ਮੁੱਦੇ ਨੂੰ ਬਿਲਕੁਲ ਵੀ ਕਿਸੇ ਪਾਰਟੀ ਨੇ ਧਿਆਨ ਨਹੀਂ ਦਿੱਤਾ ਉਹਨਾਂ ਵੱਲੋਂ। ਤਾਂ ਇੱਕ ਜਜ਼ਬਾਤੀ ਰੋਹ ਵਿੱਚ ਵਗ ਰਹੇ ਪੰਜਾਬੀਆਂ ਨੂੰ ਧਾਰਮਿਕ ਜਿਹੜੇ ਮੁੱਦੇ ਨੇ ਉਹਨਾਂ ਨੂੰ ਸਾਹਮਣੇ ਲਿਆਉਣ ਦਾ ਯਤਨ ਹੋ ਰਿਹਾ ਜੀ, ਜਾਂ ਜਜ਼ਬਾਤੀ ਮੁੱਦਾ ਹੈ ਉਹ ਹੈ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ। ਉਸ ਮਾਮਲੇ ਤੇ ਵੀ ਪਾਰਟੀਆਂ ਜਿਹੜੀਆਂ ਨੇ ਉਹ ਉਹਨਾਂ ਨੂੰ ਕਹਿ ਰਹੀਆਂ ਦੇਖੋ ਜੀ ਹੁਣ ਵਾਲੀ ਸਰਕਾਰ ਨੇ ਤਾਂ ਕੀਤਾ ਹੀ ਕੁਝ ਨਹੀਂ। ਸੱਚ ਨਾ ਕਰਨ ਵਾਲੀ ਗੱਲ ਸਾਡੇ ਸਾਹਮਣੇ ਵੀ ਹੈ, ਜਿਹੜੇ ਆਤਮ ਹੱਤਿਆ ਵਾਲੇ ਕਿਸਾਨ ਮਰ ਗਏ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਪਿਛਲੇ 5 ਸਾਲਾਂ ਤੋਂ ਪੈਂਡਿੰਗ ਵੀ ਹੈ। ਹੁਣ ਵੀ ਕਿਸਾਨਾਂ ਨੂੰ ਕੋਈ ਖਾਸ ਸਹੂਲਤ ਨਹੀਂ ਮਿਲ ਰਹੀ। ਗੰਨਾ ਉਤਪਾਦਕ ਜਿਹੜੇ ਨੇ ਉਹਨਾਂ ਨੂੰ ਵੀ ਬਹੁਤ ਸਾਰੇ ਉਹਨਾਂ ਦੇ ਫੰਡ ਸਰਕਾਰੀ ਤੇ ਗੈਰ ਸਰਕਾਰੀ ਮਿੱਲਾਂ ਵਿੱਚ ਫਸੇ ਬੈਠੇ ਨੇ, ਉਹਨਾਂ ਦੀ ਵੀ ਕੋਈ ਸਾਰ ਨਹੀਂ ਲੈਂਦਾ। ਤੋ ਇਸ ਕਰਕੇ ਕਿਸਾਨ ਵੀ ਇਸ ਮਾਮਲੇ ਤੇ ਦੁਖੀ ਹੈ। ਇਹਨਾਂ ਮਾਮਲਿਆਂ ਨੂੰ ਅੱਜ ਨਹੀਂ ਪਹਿਲਾਂ ਲਿਆ ਜਾਣਾ ਚਾਹੀਦਾ ਸੀ। ਚਲੋ ਦਰੁਸਤ ਆਏ ਕਿਸਾਨਾਂ ਦੇ ਇਸ ਮੁੱਦੇ ਨੂੰ ਤੇ ਨਾਲ ਨਾਲ ਬੇਰੁਜ਼ਗਾਰੀ ਨੂੰ ਵੀ ਇਸ ਦੇ ਵਿੱਚ ਐਡ ਕਰਨਾ, ਮੈਂ ਸਮਝਦਾ ਵੀ ਖਾਸ ਤੌਰ ਤੇ ਹੁਣ ਜਿਸ ਵੇਲੇ ਚੋਣ ਮੁਹਿੰਮ ਚੱਲ ਰਹੀ ਹੈ ਵੱਖੋ ਵੱਖਰੀਆਂ ਪਾਰਟੀਆਂ ਦਾ ਫਰਜ਼ ਬਣਦਾ ਹੈ ਜੀ। ਪਲਾਈ ਜੀ, ਮਾਲਵਾ ਦੇ 3 ਵੱਡਿਆਂ ਦਾ ਸਿਆਸੀ ਜੀਵਨ ਦਾ ਤੇ ਹੈ, ਕੌਣ ਜਿੱਤੇਗਾ ਤੇ ਕੌਣ ਹਾਰੇਗਾ? ਦੇਖੋ ਗੱਲ ਇਵੇਂ ਹੈ ਕਿ ਮਾਝੇ ਦੇ ਵਿੱਚ 3 ਜਰਨੈਲ ਨੇ ਵੱਡੇ, ਅਮਰਿੰਦਰ ਸਿੰਘ ਨੇ, ਬਾਦਲ ਸਾਹਿਬ ਦਾ ਪਰਿਵਾਰ ਹੈ, ਢੀਂਡਸੇ ਦਾ ਵੀ ਪਰਿਵਾਰ ਹੈ ਤੇ ਇੱਧਰ ਆਪ ਵਾਲਾ ਮਾਨ ਵੀ ਹੈ। ਬੜੀ ਤਗੜੀ ਟੱਕਰ ਹੈ ਆਪਸ ਵਿੱਚ। ਅਸਲ ਵਿੱਚ ਮਾਲਵੇ ਦੇ ਵਿੱਚ ਸਦਾ ਹੀ ਇਸ ਕਿਸਮ ਦੀ ਟੱਕਰ ਰਹੀ ਹੈ ਤੇ ਇਸ ਟੱਕਰ ਦੇ ਵਿੱਚ ਇੱਥੋਂ ਹੀ ਕੋਈ ਨਾ ਕੋਈ ਵਿਅਕਤੀ ਜਿਹੜਾ ਹੈ, ਸ਼ਖਸੀਅਤ ਜਿਹੜੀ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਬਣਦੀ ਰਹੀ ਹੈ। ਬਿਲਕੁਲ, ਬਾਦਲ ਦੇਖ ਲਓ, ਉਹਨਾਂ ਨੇ ਚੋਣਾਂ ਜਿੱਤੀਆਂ ਤੇ ਮੁੱਖ ਮੰਤਰੀ ਬਣ ਗਏ, 10 ਸਾਲ ਉਹਨਾਂ ਨੇ ਇਕੱਠੇ। ਅਮਰਿੰਦਰ ਸਿੰਘ ਮੁੱਖ ਮੰਤਰੀ ਪਹਿਲਾਂ ਵੀ ਬਣੇ, ਹੁਣ ਵੀ ਬਣ ਗਏ ਤੇ ਉਹਨਾਂ ਦਾ ਆਧਾਰ ਜਿਹੜਾ ਹੈ ਮਾਲਵੇ ਦੇ ਵਿੱਚ ਹੈ। ਮਾਝੇ ਤੇ ਦੁਆਬੇ ਵਾਲੇ ਲੋਕ ਸਦਾ ਹੀ ਇਸ ਗੱਲ ਦਾ ਗਿਲਾ ਕਰਦੇ ਰਹੇ ਨੇ ਜੀ, ਮੁੱਖ ਮੰਤਰੀ ਉਧਰਲਾ ਹੁੰਦਾ ਤੇ ਸਾਡੇ ਏਰੀਏ ਦੇ ਵਿੱਚ ਵਿਕਾਸ ਨਹੀਂ ਹੁੰਦਾ। ਮਾਲਵਾ ਮਾਝਾ ਤੇ ਜਿਹੜਾ ਹੈ ਸਾਡੇ ਕੋਲ ਮਾਲਵਾ ਮਾਝਾ ਤੇ ਦੁਆਬਾ ਹੈ, ਇਹਨਾਂ ਵਿੱਚ ਸਾਵੇਂ ਵਿਕਾਸ ਦੀ ਗੱਲ ਜਿਹੜੀ ਹੈ ਲਗਾਤਾਰ ਇਹਦੇ ਬਾਰੇ ਸਵਾਲ ਉੱਠਦੇ ਰਹੇ ਨੇ ਜੀ। ਇਸ ਕਰਕੇ ਇਸ ਵੇਲੇ ਬੜੀ ਟੱਕਰ ਬੜੀ ਤਿੱਖੀ ਹੈ। ਅਮਰਿੰਦਰ ਸਿੰਘ ਹੁਣੇ ਆਪਣੇ ਵੱਲੋਂ ਜ਼ੋਰ ਲਾ ਰਹੇ ਨੇ, ਬਾਦਲ ਸਾਹਿਬ ਤੁਸੀਂ ਦੇਖੋ ਵੀ ਬਹੁਤ ਉਹਨਾਂ ਦੀ ਸਿਹਤ ਬਹੁਤੀ ਕੋਈ ਚੰਗੀ ਨਹੀਂ ਹੈ, ਪਰ ਫਿਰ ਵੀ ਉਹ ਭਾਜਪਾ ਦੇ ਪ੍ਰਧਾਨ ਨੇ ਜਿਸ ਵੇਲੇ ਆਪਣੇ ਕਾਗਜ਼ ਦਾਖਲ ਕਰਨੇ ਸਨ ਉਸ ਵੇਲੇ ਉੱਥੇ ਜਾ ਕੇ ਏਡੀ ਦੂਰ ਗਾਂਧੀ ਨਗਰ ਗੁਜਰਾਤ ਦੇ ਵਿੱਚ ਚਲੇ ਗਏ ਤੇ ਗੁਜਰਾਤ ਦੇ ਵਿੱਚ ਜਦੋਂ ਗਏ ਨੇ ਤੇ ਉਸ ਵੇਲੇ ਤੁਸੀਂ ਦੇਖੋ ਵੀ ਉੱਥੋਂ ਦਾ ਪ੍ਰਧਾਨ ਜਿਹੜੇ ਨੇ ਭਾਜਪਾ ਦੇ ਉਹ ਬਾਬਾ ਜੀ ਦੇ ਪੈਰਾਂ ਨੂੰ ਹੱਥ ਲਾ ਰਹੇ ਨੇ। ਇਸ ਦਾ ਮਤਲਬ ਤਾਂ ਬੜਾ ਸਾਫ ਹੈ ਵੀ ਬੜੇ ਦਿਗਜ ਨੇਤਾ ਨੇ, ਉਹਨਾਂ ਦੀ ਸਿਆਸਤ ਦੇ ਵਿੱਚ ਬੜੀ ਵੱਡੀ ਦੇਣ ਹੈ। ਇਹ ਵੱਖਰੀ ਗੱਲ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਨੂੰ ਤਬਾਹ ਕਰਨ ਵਾਲੇ ਵੀ ਬਾਦਲ ਪਰਿਵਾਰ ਦੇ ਲੋਕ ਨੇ, ਜਿਹਨਾਂ ਦੇ ਕਰਕੇ ਇਸ ਕਿਸਮ ਦਾ ਮਾਹੌਲ ਪੰਜਾਬ ਦੇ ਵਿੱਚ ਪੈਦਾ ਹੋਇਆ ਜਿਸ ਦੇ ਨਾਲ ਜਵਾਨੀ ਪੰਜਾਬ ਦੀ ਜਿਹੜੀ ਹੈ ਤੜਫ ਤੜਫ ਕੇ ਮਰਨੀ ਵੀ ਸ਼ੁਰੂ ਹੋ ਗਈ, ਬਾਹਰ ਵੀ ਜਾਣੀ ਸ਼ੁਰੂ ਹੋ ਗਈ। ਅਮਰਿੰਦਰ ਸਿੰਘ ਹੁਣਾਂ ਨੇ ਵੀ ਲਗਾਤਾਰ ਯਤਨ ਕੀਤਾ ਹੈ ਆਪਣੇ ਪਟਿਆਲੇ ਵਿੱਚ ਵੀ ਤੇ ਮਾਲਵੇ ਦੇ ਬਹੁਤ ਸਾਰੇ ਖਿੱਤਿਆਂ ਦੇ ਵਿੱਚ ਵੱਡੀ ਬੁਨਿਆਦੀ ਢਾਂਚੇ ਨੂੰ ਉਸਾਰਨ ਲਈ ਪਿਛਲੇ ਸਮੇਂ ਦੇ ਵਿੱਚ ਹੁਣ ਵੀ ਉਹਨਾਂ ਵੱਲੋਂ ਯਤਨ ਹੋ ਰਿਹਾ। ਅਸਲ ਮਾਇਨਿਆਂ ਦੇ ਵਿੱਚ ਤਾਂ ਇਹ ਦੋ ਹੀ ਪਰਿਵਾਰ ਨੇ ਜਿਹਨਾਂ ਦੀ ਟੱਕਰ ਜਿਹੜੀ ਹੈ ਲਗਾਤਾਰ ਵੱਖੋ ਵੱਖਰੇ ਤੇ ਸਮੇਂ ਤੇ ਹੁੰਦੀ ਹੈ, ਪਰ ਇਸ ਵੇਲੇ ਜਾਪਦਾ ਇਹ ਹੈ ਕਿ ਬਾਦਲ ਪਰਿਵਾਰ ਜਿਹੜਾ ਹੈ ਉਹ ਥੱਲੇ ਜਾ ਰਿਹਾ ਜੀ, ਕਿਉਂਕਿ ਲੋਕਾਂ ਦੇ ਵਿੱਚ ਉਹਨਾਂ ਦੀ ਉਸ ਕਿਸਮ ਦੀ ਦਿੱਖ ਨਹੀਂ ਰਹੀ ਜਿਹੜੀ ਪਹਿਲਾਂ ਸੀ। ਢੀਂਡਸੇ ਨੇ ਐਲਾਨ ਕਰ ਦਿੱਤਾ ਸੀ ਕਿ ਮੈਂ ਬਾਦਲਾਂ ਦਾ ਸਾਥ ਨਹੀਂ ਦੇਣਾ, ਇਹਨਾਂ ਨੇ ਧਾਰਮਿਕ ਮਾਮਲਿਆਂ ਦੇ ਉੱਤੇ ਤੇ ਪੰਜਾਬ ਦੇ ਵਿੱਚ ਲੀਡਰਸ਼ਿਪ ਦੇ ਮਾਮਲੇ ਦੇ ਉੱਤੇ ਬੜਾ ਭੈੜਾ ਰੋਲ ਅਦਾ ਕੀਤਾ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਵਿੱਚ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਇਸ ਦਾ ਪ੍ਰਧਾਨ ਬਣਾਉਣਾ ਚਾਹੀਦਾ ਸੀ ਜੇ ਬਾਦਲ ਸਾਹਿਬ ਨੇ ਆਪਣੀ ਗੱਦੀ ਛੱਡਣੀ ਸੀ, ਪਰ ਉਹਨਾਂ ਨੇ ਆਪਣੇ ਲੜਕੇ ਨੂੰ ਇਹ ਗੱਦੀ ਦੇ ਦਿੱਤੀ। ਇਸ ਕਰਕੇ ਢੀਂਡਸਾ ਸਾਹਿਬ ਦੇ ਮਨ ਦੇ ਵਿੱਚ ਲਗਾਤਾਰ ਰੋਸਾ ਸੀ, ਪਰ ਤੁਸੀਂ ਦੇਖੋ ਵੀ ਉਹਨਾਂ ਦੇ ਲੜਕੇ ਨੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ। ਜਦੋਂ ਐਲਾਨ ਕਰਤਾ ਤੇ ਹੁਣ ਅੱਜ ਹੀ ਇਹ ਸਟੇਟਮੈਂਟ ਆਈ ਹੈ ਕਿ ਢੀਂਡਸਾ ਵੱਡੇ ਢੀਂਡਸਾ ਨੇ ਕਿਹਾ ਕਿ ਮੈਂ ਪਰਮਿੰਦਰ ਦੀ ਚੋਣ ਮੁਹਿੰਮ ਦੇ ਵਿੱਚ ਬਿਲਕੁਲ ਹਿੱਸਾ ਨਹੀਂ ਲਵਾਂਗਾ। ਇਹ ਤੀਸਰਾ ਪਰਿਵਾਰ ਹੈ
ਉਸ ਮਾਲਵਾ ਖਿੱਤੇ ਦਾ ਜਿਸ ਦਾ ਉੱਥੇ ਬਹੁਤ ਵੱਡੀ ਦੇਣ ਹੈ। ਤੇ ਪਿਛਲੇ ਸਮੇਂ ਤੇ ਤੁਸੀਂ ਦੇਖੋ ਮਾਨ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ, ਉਹ ਵੀ ਮਾਲਵੇ ਦਾ ਇੱਕ ਲੀਡਰ ਹੈ ਆਮ ਆਦਮੀ ਪਾਰਟੀ ਦਾ, ਪਰ ਆਮ ਆਦਮੀ ਪਾਰਟੀ ਦਾ ਤੀਲਾ ਤੀਲਾ ਪਿਛਲੇ ਸਮੇਂ ਚ ਵਿਖਰ ਗਿਆ। ਬਹੁਤ ਵੱਡੀ ਸੱਟ ਲੱਗੀ ਉਹਨਾਂ ਨੂੰ ਪਾਰਟੀ ਪੱਧਰ ਤੇ, ਹੁਣ ਤਾਂ ਉਹਨਾਂ ਦੇ ਉੱਤੇ ਸ਼ਰਾਬ ਦੀਆਂ ਗੱਲਾਂ ਵੀ ਸਾਹਮਣੇ ਆਈਆਂ, ਮੁੜ ਕੇ ਫੇਰ ਉਹਨਾਂ ਨੇ ਸ਼ਰਾਬ ਛੱਡਣ ਦੀਆਂ ਗੱਲਾਂ ਵੀ ਕੀਤੀਆਂ, ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੀਆਂ ਗੱਲਾਂ ਉਹਨਾਂ ਵੱਲੋਂ ਕੀਤੀਆਂ ਨਾ ਜਾ ਸਕੀਆਂ, ਉਹਨਾਂ ਦੇ ਕੋਲ ਜਿਹੜਾ ਫੰਡ ਆਉਂਦਾ ਹੈ ਉਸ ਦੀ ਵੀ ਸਹੀ ਢੰਗ ਨਾਲ ਵਰਤੋਂ ਹੋ ਨਾ ਸਕੀ, ਤੇ ਹੁਣ ਜਦੋਂ ਵਰਤੋਂ ਕਰਨ ਲੱਗ ਪਏ ਤੇ ਚੋਣ ਕਮਿਸ਼ਨ ਨੇ ਉਹਨਾਂ ਦੇ ਉੱਤੇ ਚੋਣ ਉਲੰਘਣਾ ਦਾ ਜਿਹੜਾ ਦੋਸ਼ ਹੈ ਉਹ ਮੜ ਦਿੱਤਾ। ਹੁਣ ਉਹ ਸਰਕਾਰੀ ਸਕੂਲਾਂ ਲਈ ਬੈਂਚ ਦੇਣ ਦੀ ਗੱਲ, ਬੈਂਚ ਚੱਕੀ ਫਿਰਦੇ ਨੇ, ਸਟੂਲ ਚੱਕੀ ਫਿਰਦੇ ਨੇ, ਤੇ ਵੱਖੋ ਵੱਖਰੀਆਂ ਟਰਾਲੀਆਂ ਟਰੂਲੀਆਂ ਚ ਲੱਦੇ ਹੋਏ ਜਿਹਨਾਂ ਤੇ ਮਾਨ ਲਿਖਿਆ ਹੁੰਦਾ ਜੀ। ਇਹ ਤਿੰਨੇ ਚਾਰੇ ਪਰਿਵਾਰ ਜਿਹੜੇ ਨੇ ਇਹਨਾਂ ਦੀ ਸਿਆਸੀ ਜੀਵਨ ਜਿਹੜਾ ਹੈ ਇਸ ਵੇਲੇ ਦਾਅ ਤੇ ਲੱਗਿਆ ਹੋਇਆ ਜੀ। ਸੰਭਾਵਨਾ ਇਸ ਗੱਲ ਦੀ ਹੈ ਕਿ ਕਿਉਂਕਿ ਸਰਕਾਰੀ ਦਰਬਾਰੇ ਅਮਰਿੰਦਰ ਸਿੰਘ ਦੀ ਵੱਡੀ ਪੁੱਛ ਹੈ, ਕੋਈ ਵੀ ਵਿਅਕਤੀ ਹਿੰਦੂ ਪੰਜਾਬ ਦੇ ਵਿੱਚ ਕੋਈ ਵੀ ਕਾਂਗਰਸੀ ਆਗੂ ਵੀ ਈਵਨ ਕੁਝ ਇੱਕ ਨੂੰ ਛੱਡ ਕੇ ਉਸ ਦੀ ਗੱਲ ਸੁਣਦੇ ਨੇ, ਅਫਸਰਾਂ ਦੇ ਵਿੱਚ ਵੀ ਉਸ ਦੀ ਚੰਗੀ ਪਕੜ ਹੈ, ਲੋਕਾਂ ਦੇ ਵਿੱਚ ਉਸ ਦੀ ਪਕੜ ਹਾਲੇ ਉਸ ਢੰਗ ਦੇ ਨਾਲ ਨਹੀਂ, ਲੋਕਾਂ ਦੇ ਕੰਮ ਕਰਨ ਲਈ ਉਹਨਾਂ ਨੇ ਆਪਣੇ ਵਾਅਦੇ ਨਹੀਂ ਨਿਭਾਏ, ਪਰ ਤਾਂ ਵੀ ਕਿਉਂਕਿ ਲੋਕਾਂ ਕੋਲ ਬਦਲ ਨਹੀਂ ਹੈ ਇਸ ਕਰਕੇ ਕਾਂਗਰਸ ਤੇ ਅਮਰਿੰਦਰ ਦਾ ਪਰਿਵਾਰ ਜਿਹੜਾ ਹੈ ਇਸ ਸਮੇਂ ਉੱਪਰਲੀ ਸਤਾ ਦੇ ਉੱਤੇ ਦਿਖਾਈ ਦੇ ਰਿਹਾ, ਤੇ ਮੈਨੂੰ ਲੱਗਦਾ ਇਹ ਹੈ ਕਿ ਬਾਦਲਾਂ ਨੂੰ ਇਸ ਵੇਲੇ ਫਿਰ ਉਸੇ ਕਿਸਮ ਦੀ ਕਰਾਰੀ ਜਿਹੜੀ ਹਾਰ ਦਾ ਸਾਹਮਣਾ ਕਰਨਾ ਪਏਗਾ ਜਿਸ ਕਿਸਮ ਦਾ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਇਆ ਜੀ। ਦੋਸਤੋ ਇਹ ਸਨ ਪਲਾਹੀ ਜੀ ਦੇ ਅੱਜ ਦੇ ਮੁੱਦਿਆਂ ਉੱਤੇ ਵਿਚਾਰ ਤੇ ਖਬਰਾਂ ਨੂੰ ਵਿਸਤਾਰ ਰੂਪ ਦੇਣ ਲਈ ਪਲਾਹੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਦੋਸਤੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਕਰਦੇ ਹਾਂ, ਮਿਲਦੇ ਹਾਂ ਅਗਲੀ ਵਾਰ ਤੇ ਸਾਂਝੀਆਂ ਕਰਾਂਗੇ ਕੁਝ ਹੋਰ ਅਹਿਮ ਤੇ ਤਾਜ਼ੀਆਂ ਖਬਰਾਂ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਪ੍ਰੋਗਰਾਮ ਖਬਰ ਤੇ ਨਜ਼ਰ, ਓਨਲੀ ਔਨ ਗੱਲ ਪੰਜਾਬ ਦੀ ਟੀਵੀ।